ਖਾਸ ਮਾਮਲਾ ਸਾਹਮਣੇ ਆਉਂਦਾ ਹੈ ਬਰਨਾਲਾ ਤੋਂ, ਜਿੱਥੇ ਬਰਨਾਲਾ ਦੇ ਵਿੱਚ ਪਿੰਡ ਸੰਗੇੜਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਦੇ ਵੱਲੋਂ 15 ਲੱਖ ਰੁਪਏ ਦੀ ਲਾਗਤ ਨਾਲ ਬਣੇ ਸ਼ੈੱਡ ਆਦਿ ਦਾ ਉਦਘਾਟਨ ਕੀਤਾ ਗਿਆ। ਉੱਥੇ ਦੱਸ ਦਈਏ ਕਿ ਬਰਨਾਲਾ ਜ਼ਿਲ੍ਹੇ ਦੇ 8 ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕਰਵਾਇਆ ਜਾ ਰਿਹਾ। ਉਦਘਾਟਨ ਕਰਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਪਹਿਲੇ ਸਾਲ ਹੀ ਵਿਕਾਸ ਕਾਰਜ ਕਰ ਦਿੱਤੇ ਗਏ ਹੈ। ਅਜਿਹੀ ਪਹਿਲੀ ਵਾਰ ਹੋਵੇਗਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਪਹਿਲੇ ਸਾਲ ਦੇ ਵਿੱਚ ਇੰਨੇ ਕੰਮ ਕਰਵਾਏ। ਆਓ ਤੁਹਾਨੂੰ ਸੁਣਾਉਂਦੇ ਕੀ ਕੁਛ ਕਹਿਣਾ ਹੈ ਉੱਥੇ ਦੇ ਮੌਜੂਦਾ ਲੋਕਾਂ ਦਾ। ਅਸੀਂ ਇੱਥੇ ਕੌਸ਼ਾਲਾ ਦੇ ਵਿੱਚ ਸਾਰੇ ਮੁੰਡੇ ਸੇਵਾਦਾਰ ਹਾਂ। ਅਸੀਂ ਮੰਤਰੀ ਸਾਹਿਬ ਕੋਲ ਸਿਫਾਰਸ਼ ਕਰੀ ਸੀਗੀ ਵੀ ਚਲੋ ਸਾਨੂੰ ਸ਼ੈੱਡ ਵਾਰੇ ਨੇ, ਇਹਨਾਂ ਦੇ ਸ਼ੈੱਡ ਸਾਰਾ ਗਲਿਆ ਪਿਆ ਜੀ ਉੱਤੋਂ, ਵੀ ਚੱਲ ਸਾਨੂੰ ਗਾਈਆਂ ਦੇ ਵਿੱਚ ਸਿਆਲ ਦੇ ਵਿੱਚ ਡਿੱਕਾ ਆਉਂਦਾ ਸੀਗਾ, ਪਾਣੀ ਦੀਆਂ ਤ੍ਰਿਪ ਬੂੰਦਾਂ ਥੱਲੇ ਡਿੱਗਦੀਆਂ ਨੇ, ਹੈ ਨਾ। ਗਾਈਆਂ ਵਾਸਤੇ ਬਹੁਤ ਦਿੱਕਤ ਸੀਗੀ। ਮੰਤਰੀ ਸਾਹਿਬ ਜਦੋਂ ਸਾਡੇ ਕੋਲ ਪਿੰਡ ਆਏ ਸੀਗੇ, ਅਸੀਂ ਉਹਨਾਂ ਕੋਲ ਇਹ ਕੀਤਾ ਸੀਗਾ ਵੀ ਸਾਡਾ ਕੋਈ ਸ਼ੈੱਡ ਬਾਰੇ ਕੀਤਾ ਜਾਵੇ, ਅਤੇ ਉਹਨਾਂ ਨੇ ਸਾਨੂੰ ਨਾਲ ਦੀ ਨਾਲ ਉਹਨਾਂ ਨੇ ਆਖਿਆ ਵੀ ਅਸੀਂ ਭੇਜ ਦਿੰਦੇ ਹਾਂ। ਇੱਥੇ ਆਪਣੇ DC ਸਾਹਿਬ ਆਏ ਸੀਗੇ, ਉਹਨਾਂ ਨੇ ਚੈੱਕ ਕੀਤਾ, ਸਾਰਾ ਚੈੱਕ ਕਰਕੇ ਸਾਡੀ ਗ੍ਰਾਂਟ ਪਾਸ ਕਰਤੀ। ਇਹ ਸਾਰਾ 6 ਮਹੀਨਿਆਂ ਦੇ ਵਿੱਚ ਹੀ ਸਾਡੀ ਸਾਰਾ ਕੁਛ ਹੋ ਕੇ ਘਰ ਆ ਤਾ ਜੀ। ਅੱਜ ਉਦਘਾਟਨ ਕੀਤਾ ਗਿਆ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੰਤਰੀ ਸਾਹਿਬ। 15 ਲੱਖ ਰੁਪਏ ਦੀ ਗ੍ਰਾਂਟ ਆ ਜੀ, 5 ਲੱਖ ਰੁਪਇਆ ਸਾਨੂੰ ਪਹਿਲਾਂ ਦੇ ਗਏ ਸੀਗੇ ਉਹ ਆਪਣੇ ਸੋਲਰ ਸਿਸਟਮ ਬਾਰੇ, 15 ਲੱਖ ਦੀ ਅੱਜ 20 ਲੱਖ ਦੀ ਗ੍ਰਾਂਟ ਪਾਸ ਹੋਈ ਸੀ। ਮੰਗ ਇਹੀ ਆ ਜੀ ਬਸ ਅੱਗੇ ਵਾਸਤੇ ਵੀ ਜੇ ਕੋਈ ਵੀ ਸਾਨੂੰ ਕੰਮ ਕਾਰ ਦੀ ਲੋੜ ਪੈਂਦੀ ਅਸੀਂ ਦੱਸਾਂਗੇ, ਅਤੇ ਤਕਰੀਬਨ ਹੋਰ ਵੀ ਕੰਮ ਨੇ ਪਿੱਛੇ ਕੱਚੇ ਦੇ ਵਿੱਚ ਵੀ ਸ਼ੈੱਡ ਪਾਉਣਾ, ਉਹਦੇ ਬਾਰੇ ਵੀ ਅਸੀਂ ਗੱਲਬਾਤ ਮੰਤਰੀ ਸਾਹਿਬ ਨਾਲ ਅੱਗੇ ਕਰਾਂਗੇ। ਇਸ ਤੋਂ ਇਲਾਵਾ ਤੁਹਾਨੂੰ ਸੁਣਾਉਂਦੇ ਕੀ ਕੁਛ ਕਹਿਣਾ ਹੈ ਵਿਧਾਇਕ ਦਾ। ਦੇਖੋ ਜੀ, ਅੱਜ ਇਸ ਟਾਈਮ ਅਸੀਂ ਸੰਘੇੜੇ ਵਿਖੇ ਹਾਂ, ਇੱਥੇ ਗਊਸ਼ਾਲਾ ਵਿਖੇ ਸ਼ੈੱਡ ਅਤੇ ਚਾਰ ਦੀਵਾਰੀ ਦਾ ਜਿਹੜਾ ਉਦਘਾਟਨ ਹੈ ਜਿਹੜਾ ਉਹ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਮੈਂ ਪਿਛਲੇ 3 ਦਿਨ ਪਹਿਲਾਂ ਆਇਆ ਸੀ, ਉਦੋਂ ਵੀ ਜਲੂਰ 'ਚ, ਨੰਗਲ, ਕਰਮਗੜ੍ਹ, ਇਹਨਾਂ ਸਾਰੇ ਪਿੰਡਾਂ 'ਚ, ਬਰਨਾਲੇ ਵੀ ਸਾਡੇ ਇੱਧਰ ਠੀਕੇਦਾਰ ਰੋਡ 'ਤੇ, ਇਹਨਾਂ ਸਾਰੇ ਪਿੰਡਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਸੀ ਉਹਨਾਂ ਦੇ ਉਦਘਾਟਨ ਜਿਹੜੇ ਆ ਕਰੋੜਾਂ ਰੁਪਇਆਂ ਦੇ ਕੀਤੇ ਗਏ। ਅੱਜ ਵੀ ਭੈਣੀ ਮਹਾਰਾਜ ਉਦਘਾਟਨ ਕਰਨਾ, ਧਨੌਲੇ ਵਿਖੇ ਕਰਨਾ, ਫਿਰ ਆਪਣੇ ਬੜਬਰ ਵਿਖੇ ਕਰਨਾ ਹੈਗਾ, ਫਰਵਾਹੀ ਕਰਨਾ। ਸੋ ਮੈਨੂੰ ਲੱਗਦਾ ਵੀ ਅੱਜ ਵੀ ਹਰ ਪਿੰਡ 'ਚ ਕਿਸੇ ਪਿੰਡ 1 ਕਰੋੜ ਰੁਪਏ ਦਾ, ਕਿਸੇ ਪਿੰਡ 2 ਕਰੋੜ ਰੁਪਏ ਦਾ, ਕਿਸੇ ਪਿੰਡ 40 ਲੱਖ ਦਾ। ਅਤੇ ਉਸ ਦਿਨ ਵੀ ਮੈਂ ਜਦੋਂ ਪਿੰਡਾਂ 'ਚ ਗਿਆ, ਮੈਂ ਉੱਥੇ ਇੰਨੀਆਂ ਪੁਰਾਣੀਆਂ ਪੰਚਾਇਤਾਂ ਬੈਠੀਆਂ ਸੀ, ਮੌਜੂਦਾ ਪੰਚਾਇਤ ਬੈਠੀ ਸੀ, ਮੈਂ ਸਾਰਿਆਂ ਤੋਂ ਉਸ ਦਿਨ ਵੀ ਪੁੱਛਿਆ ਵੀ ਕਦੇ ਅੱਜ ਤੱਕ ਹੋਇਆ ਵੀ ਪਹਿਲੇ ਸਾਲ ਤੁਹਾਡੇ ਪਿੰਡ, ਕਿਉਂਕਿ ਮੈਨੂੰ ਲੱਗਦਾ ਵੀ ਉਦੋਂ ਮੈਂ ਜਿਹੜਾ ਜਲੂਰ ਹੀ, ਮੈਨੂੰ ਲੱਗਦਾ 2-2.5 ਕਰੋੜ ਜਿਹੜੇ ਕੰਮ ਸੀ ਜਿਹਨਾਂ ਜਿਹੜਾ ਉਦਘਾਟਨ ਮੈਂ ਕੀਤਾ। ਮੈਂ ਪੁੱਛਿਆ ਉਹਨਾਂ ਤੋਂ, ਭਾਈ ਕਦੇ ਅੱਜ ਤੱਕ ਹੋਇਆ ਵੀ ਪਹਿਲੇ ਸਾਲ ਤੁਹਾਡੇ 2-2.5 ਕਰੋੜ ਦੀ ਕਦੇ ਗ੍ਰਾਂਟ ਆਈ ਹੋਵੇ? ਨਹੀਂ, ਆਮ ਤੌਰ 'ਤੇ ਪਿਛਲੇ ਸਮੇਂ 'ਚ ਇਹ ਹੁੰਦਾ ਰਿਹਾ ਵੀ ਜਦੋਂ ਲਾਸਟ ਇਲੈਕਸ਼ਨ ਈਅਰ ਹੁੰਦਾ ਉਦੋਂ 50 ਲੱਖ ਦਾ ਚੈੱਕ ਲੈ ਕੇ ਆ ਜਾਂਦਾ, ਉਹ ਪੈਸੇ ਵੀ ਨਹੀਂ ਆਉਂਦੇ, ਉਹ ਵੀ ਮੁੜ ਕੇ ਕਹਿੰਦੇ ਹੁਣ ਕੋੜ ਲੱਗ ਗਿਆ, ਫਿਰ ਉਹ ਫਿਰ ਵਾਪਸ ਹੋ ਜਾਂਦੇ ਆ। ਸੋ ਪਹਿਲੀ ਵਾਰ ਹੋਇਆ ਵੀ 1 ਕਰੋੜ ਰੁਪਏ ਦੇ ਜਿਹੜੇ ਕੰਮ ਨੇ ਪਹਿਲੇ ਸਾਲ ਭਗਵੰਤ ਮਾਨ ਜੀ ਦੀ ਸਰਕਾਰ 'ਚ ਬਰਨਾਲੇ ਜ਼ਿਲ੍ਹੇ 'ਚ, ਜਿਹੜੇ ਸਾਡੇ ਬਰਨਾਲੇ ਹਲਕੇ 'ਚ ਹੋ ਰਹੇ ਆ। ਸੋ ਇਹ ਪਹਿਲੇ ਸਾਲ ਨਹੀਂ ਆਉਂਦੇ, ਜਿਹੜੇ 4 ਸਾਲ ਨੇ ਉਦੋਂ ਵੀ ਹੁੰਦੇ ਰਹਿਣਗੇ। ਅਤੇ ਜਿੰਨੇ ਕੰਮ ਬਰਨਾਲੇ ਦੇ ਅਧੂਰੇ ਆ, ਮੈਨੂੰ ਪਤਾ ਬੜੇ ਕੰਮ ਹਜੇ ਪਏ ਵੀ ਹੈ, ਕਈ ਜਗ੍ਹਾ 'ਤੇ ਹਜੇ ਸੀਵਰੇਜ ਪੈਣ ਨਾਲ ਹੋਰ ਬੜੀਆਂ ਸਮੱਸਿਆ ਨੇ, ਪਰ ਇਹ ਹੈ ਵੀ 5 ਸਾਲ ਦੇ ਵਿੱਚ, ਕਿਉਂਕਿ ਸਾਰੇ ਕੰਮ ਇੱਕੇ ਕਰਕੇ ਹੁੰਦੇ ਆ, 5 ਸਾਲ ਦੇ ਵਿੱਚ ਅਸੀਂ ਕੋਈ ਕੰਮ ਜਿਹੜਾ ਬਰਨਾਲਾ ਜਿਹੜਾ ਅਧੂਰਾ ਉਹ ਨਹੀਂ ਰਹਿਣ ਦੇਵਾਂਗੇ। ਅੱਜ ਜੀ 5 ਪਿੰਡਾਂ 'ਚ 8 ਅਲੱਗ-ਅਲੱਗ ਕੰਮਾਂ ਦੇ ਜਿਹੜੇ ਉਦਘਾਟਨ ਹੈ ਉਹਦੇ ਡਿਵੈਲਪਮੈਂਟ ਦੇ ਹੀ ਸਾਰੇ ਜਿਹੜੇ ਕੰਮ ਹੈ। ਕੁਛ ਮੋਗੇ ਜਿਹੜੇ ਲੱਗੇ ਆ ਉਹਨਾਂ 'ਚ ਅੰਡਰਗਰਾਊਂਡ ਪਾਈਪਲਾਈਨ ਪੈਣੀ ਆ ਉਹਨਾਂ ਦੇ ਆ, ਕੁਛ ਛੱਪੜਾਂ ਦੇ ਆ, ਗਰਾਊਂਡਾਂ ਦੇ ਆ, ਟੋਟਲ 8 ਉਦਘਾਟਨ ਜਿਹੜੇ ਅੱਜ ਕੀਤੇ ਜਾ ਰਹੇ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸਾਡਾ ਕਾਰਜਕਾਲ ਜੋ ਹੋ ਰਿਹਾ ਹੈ, ਸਾਨੂੰ ਸ਼ੈੱਡਾਂ ਦੀ ਜ਼ਰੂਰਤ ਸੀ ਅਤੇ ਸ਼ੈੱਡ 1 ਕਰੋੜ ਦੀ ਲਾਗਤ ਦੇ ਵਿੱਚ ਬਣਾਏ ਗਏ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਮੀਤ ਹੇਅਰ ਦੇ ਵੱਲੋਂ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਇੰਨੇ ਵੱਡੇ ਲੈਵਲ 'ਤੇ ਪਹਿਲੇ ਸਾਲ 'ਤੇ ਕੰਮ ਕਰਵਾਏ ਹੈ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ।